ਗਾਰਾ ਟੀਵੀ ਦੇਖ ਰਹੇ ਸਾਰੇ ਹੀ ਦਰਸ਼ਕਾਂ ਨੂੰ ਤੁਹਾਡੇ ਆਪਣੇ ਜੱਸੀ ਭਾਈ ਵੱਲੋਂ ਸਤਿ ਸ਼੍ਰੀ ਅਕਾਲ। ਜਿਵੇਂ ਕਿ ਪਹਿਲਾਂ ਸਭ ਤੋਂ ਪਹਿਲਾਂ ਦੋਸਤੋ ਆਪਣਾ ਫਰਜ਼ ਨਿਭਾਓ, ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰੋ, ਨਾਲ ਹੀ ਘੰਟੀ ਦਾ ਨਿਸ਼ਾਨ ਹੈ ਉਸਨੂੰ ਵੀ ਟੱਚ ਕਰੋ ਤਾਂ ਜੋ ਕਿ ਜੋ ਵੀ ਪਹਿਲਾਂ ਵੀਡੀਓ ਅਸੀਂ ਚੜ੍ਹਾਈਏ ਤੁਹਾਡੇ ਤੱਕ ਪਹੁੰਚ ਸਕੇ। ਤਾਂ ਦੋਸਤੋ ਅੱਜ ਜਗਰਾਉਂ ਦੇ ਵਿੱਚ ਸ਼ਿਵਾਲਿਆ ਚੌਂਕ ਨੂੰ ਜਗਰਾਉਂ ਦਾ ਮਾਹੌਲ ਖਰਾਬ ਕਰਨ ਵਾਸਤੇ ਸ਼ਿਵਾਲਾ ਚੌਂਕ ਢਾ ਕੇ ਉੱਥੇ ਅੰਗਦ ਸਿੰਘ ਚੌਂਕ ਬਣਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਜਾਤੀ ਅਨਸਰਾਂ ਵੱਲੋਂ। ਇਹ ਬਹੁਤ ਵੱਡੀ ਮੰਦਭਾਗੀ ਘਟਨਾ ਹੈ। ਕੈਮਰਾਮੈਨ ਨੂੰ ਕਹਿੰਦੇ ਹਾਂ ਵੀ ਇਹ ਜਗਰਾਉਂ ਚੌਂਕ ਜਿਹੜਾ ਢਾਇਆ ਗਿਆ ਹੈ, ਇਹ ਚੌਂਕ ਢਾ ਕੇ ਦੁਬਾਰ ਤੋਂ ਨਵੇਂ ਸਿਰ ਤੋਂ ਇਹਨੂੰ ਅਗਰਸੈਨ ਦਾ ਚੌਂਕ ਬਣਾਉਣ ਦੇ ਪ੍ਰਤੀ ਇੱਥੇ ਭਾਰੀ ਲੋਕਾਂ ਵਿੱਚ ਇਕੱਠ ਪ੍ਰਾਪਤ ਕੀਤਾ ਜਾ ਰਿਹਾ ਹੈ। ਆਪਾਂ ਪੁੱਛਦੇ ਹਾਂ ਇੱਥੋਂ ਦੇ ਪੰਡਿਤਾਂ ਨੂੰ ਵੀ ਕੀ ਕਰਨਾ ਵਾ। ਹਾਂਜੀ ਪੰਡਿਤ ਜੀ ਦੱਸੋ ਜੀ ਇਹਦੇ ਕੀ ਹੋਇਆ ਜੀ? ਇੱਥੇ ਜੀ ਇਹ ਸਵਾਲਾਂ ਮਾਰਕੀਟ ਸਵਾਲਾਂ ਹੁੰਦੇ ਨੇ, ਜਿਹੜਾ ਵੀ ਸਵਾਲਾਂ ਦਾ ਮੰਦਰ ਹੈ ਇਹ ਸਹਿਜ ਨਾਮ ਠੀਕ ਹੈ ਅਤੇ ਇਸ ਨਾਮ ਦੇ ਮੂਲ ਦਾ ਨਾਮ ਸਵਾਲਾ ਮਾਰਕੀਟ ਹੈ ਔਰ ਇੱਥੇ ਮੰਦਰ ਜੋ ਬਣਾ ਚੌਂਕ ਬਣਿਆ ਹੋਇਆ ਇਹ ਚੌਂਕ ਸਵਾਲਾ ਚੌਂਕ ਦੇ ਨਾਮ ਦਾ ਬਹੁਤ ਪੁਰਾਣਾ ਮਸ਼ਹੂਰ ਹੈ। ਮਾਰਕੀਟ ਨੇ ਬਹੁਤ ਪੁਰਾਣਾ ਔਰ ਮੰਦਰ ਨੇ ਮਿਲ ਕੇ ਬਣਾਇਆ ਸੀ ਸ਼ਹਿਰ ਵਾਸੀਆਂ ਨੇ ਸਾਰਿਆਂ ਨੇ ਔਰ ਰਾਤੋਂ ਰਾਤ ਪਤਾ ਨਹੀਂ ਕਦੋਂ ਇਹਨਾਂ ਨੇ ਮਤਲਬ ਕਿ ਇਹਨੂੰ ਕਿਸ ਨੇ ਤੋੜਿਆ ਔਰ ਤੋੜਨ ਤੋਂ ਬਾਅਦ ਮਹਾਰਾਜ ਅੰਗਦ ਸਿੰਘ ਜੀ ਦੇ ਨਾਮ ਦਾ ਇੱਥੇ ਚੌਂਕ ਖੜਾ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਜਦੋਂ ਕਿ ਇੱਥੇ ਕਈ ਸਾਲਾਂ ਤੋਂ ਸਵਾਲਾ ਚੌਂਕ ਦੇ ਬਣਿਆ ਹੋਇਆ ਔਰ ਇਹ ਸਾਰਾ ਤੁਹਾਡੇ ਕੋਲ ਇਹ ਸਾਰੇ ਹੈਗੇ ਨੇ ਪੂਰੀ ਦੇਖ ਸਕਦੇ ਹੋ। ਅਸੀਂ ਇਹਦਾ ਪੂਰਾ ਵਿਰੋਧ ਕਰਦੇ ਹਾਂ, ਅਸੀਂ ਇਹ ਚੌਂਕ ਬਿਲਕੁਲ ਨਹੀਂ ਬਣਨ ਦੇਣਾ। ਸਵਾਲਾ ਚੌਂਕ ਹੀ ਬਣੂ, ਜਿੱਥੇ ਵੀ ਬਣਾਉਣਾ ਇਹਨਾਂ ਨੇ ਆਪਣੀ ਖਾਲੀ ਜਗ੍ਹਾ ਦੇ ਜਿਹੜਾ ਮਰਜ਼ੀ ਮਹਾਰਾਜ ਜੀ ਦਾ ਬਣਾਉਣ, ਲੇਕਿਨ ਜੋ ਬਣਿਆ ਤੁਹਾਨੂੰ ਕੀ ਲੱਗਦਾ ਕਿ ਇਹਨਾਂ ਦੀ ਸ਼ਾਨ? ਦੇਖੋ ਜੀ ਇੱਕ ਵਾਰ ਅਸੀਂ ਕੁਛ ਨਹੀਂ ਕਹਿ ਸਕਦੇ, ਸਾਨੂੰ ਜੋ ਪਤਾ ਲੱਗਿਆ ਕਹਿੰਦੇ ਕਮੇਟੀ ਵਾਲੇ ਵੀ ਕਿਸੇ ਚੀਜ਼ ਨੂੰ ਤੋੜ ਕੇ ਇਹ ਨਹੀਂ ਪਤਾ ਪਾਸ ਕਰ ਸਕਦੇ ਵੀ ਤੋੜ ਕੇ ਬਣਾ ਦਿਓ। ਅਸੀਂ ਇਹੀ ਮੰਗ ਕਰਦੇ ਹਾਂ ਕਿ ਸਾਡਾ ਜਿਹੜਾ ਚੌਂਕ ਤੋੜਿਆ ਗਿਆ ਜਦੋਂ ਇਹ ਮੰਦਰਾਂ ਦੀ ਭੋਲੇਨਾਥ ਜੀ ਦੀ ਮੂਰਤੀ ਜਾਂ ਭੋਲੇਨਾਥ ਜੀ ਦੀ ਚੀਜ਼ ਨੂੰ ਤੋੜਿਆ ਗਿਆ ਇਹਨੂੰ ਉੱਦਾਂ ਹੀ ਬਰਕਰਾਰ ਕਰਕੇ ਤੁਹਾਨੂੰ ਬਣਾ ਕੇ ਦਿੱਤਾ ਜਾਵੇ। ਇਹ ਸ਼ਹਿਰ ਵਾਸੀਆਂ ਵੱਲੋਂ ਜਿਹੜਾ ਕਿ ਬਹੁਤ ਵਿਰੋਧ ਸ਼ਹਿਰ ਵਾਸੀਆਂ ਨੇ ਮਿਲ ਕੇ ਬਣਾਇਆ ਸੀ, ਬੜੇ ਪਿਆਰ ਨਾਲ ਬਣਾਇਆ ਸੀਗਾ ਔਰ ਇਸਦਾ ਨਾਮ ਅਸੀਂ ਸਵਾਲਾ ਚੌਂਕ ਵੀ ਰੱਖਿਆ ਸੀਗਾ। ਅਸੀਂ ਉਹੀ ਰੱਖਣਾ ਚਾਹੁੰਦੇ ਸਵਾਲਾ ਚੌਂਕ ਵੀ ਬਣਾਇਆ। ਅਸੀਂ ਤਾਂ ਇਹਨੂੰ ਸਵਾਲਾ ਚੌਂਕ ਹੀ ਬਣਾਉਣਾ, ਇਹ ਬਣਾ ਕੇ ਹੀ ਰਵਾਂਗੇ, ਅਸੀਂ ਇਹਨੂੰ ਅੰਗਦ ਸਿੰਘ ਚੌਂਕ ਨਹੀਂ ਮੰਨ ਲੈਣਾ। ਚਾਹੇ ਕੁਛ ਹੋਏ ਸਾਰੀ ਮਾਰਕੀਟ ਨਾਲ ਆ, ਸਾਰੀ ਮਾਰਕੀਟ ਨਾਲ ਇੰਨੇ ਪੈਸੇ ਲਾਏ ਜਾਂਦੇ ਸ਼ਹਿਰ ਨਾਲ, ਉਹਦਾ ਕਹਿੰਦੇ ਸ਼ਹਿਰ ਵਧੀਆ ਬਣਾਉਣਾ, ਸ਼ਹਿਰ ਵਧੀਆ ਬਣਾਇਆ ਇਹਨੂੰ ਲਿਟਾਈ ਜਾਂਦੇ ਹੋ, ਮਾੜੀ ਗੱਲ ਆ। ਯਾਨੀ ਕਿ ਸ਼ਹਿਰ ਦਾ ਮਾਹੌਲ ਖਰਾਬ ਕਰਨ ਵਾਲੀ ਗੱਲਬਾਤ, ਮਾਹੌਲ ਖਰਾਬ ਕਰਨ ਵਾਲੀ ਗੱਲ ਹੈ। ਪ੍ਰਸ਼ਾਸਨ ਨੂੰ ਚਾਹੀਦਾ ਵੀ ਇਹ ਜਿਹੜੇ ਸਰਕਾਰ ਦੀ ਅਨਸਰ ਇਹੋ ਜਿਹੀ ਗੱਲਬਾਤ ਕਰਦੇ ਆ ਉਹਨਾਂ ਨੂੰ ਨੱਥ ਪਾਉਣ ਅਤੇ ਇਸ ਗੱਲ ਨੂੰ ਚੌਂਕ ਸਾਡਾ ਵਧੀਆ ਬਣਾ ਕੇ ਦੇਣ, ਬਸ ਚਾਹੀਦਾ ਮੰਗ। ਤੁਸੀਂ ਕੀ ਕਹਿਣਾ ਚਾਹੁੰਦੇ? ਅਸੀਂ ਅਗਰ ਸਿੰਘ ਮਹਾਰਾਜ ਦਾ ਤੁਸੀਂ ਬਹੁਤ ਰਿਸਪੈਕਟ ਕਰਦੇ ਹਾਂ ਪਰ ਇੱਦਾਂ ਬਣੀ ਟੂ ਨਾਟ ਆ ਜਿਹੜੀ ਖਾਲੀ ਜਿਹੜੀ ਜਿੱਥੇ ਬਣਾਉਣਾ ਚਾਹੀਦਾ ਵਾ ਉੱਥੇ ਤੁਸੀਂ ਅਪਲਾਈ ਕਰੋ ਨਾ ਚੀਜ਼ ਨੂੰ, ਬਣੀ ਹੋਈ ਚੀਜ਼ ਨੂੰ ਤਾਂ ਘਟਾਈ ਜਾਂਦੇ ਹੋ। ਮਹਾਰਾਜ ਹੈਗੇ ਜੋ ਉਹਨਾਂ ਨੇ ਬਹੁਤ ਵਧੀਆ ਵਧੀਆ ਕੰਮ ਕੀਤੇ ਸੀਗੇ, ਆਪਾਂ ਉਹਨਾਂ ਨੂੰ ਪ੍ਰਮੋਟ ਕਰਦੇ ਪਏ ਹਾਂ ਪਰ ਇੱਦਾਂ ਨਾ ਨਾ ਕਰੋ ਚੀਜ਼ ਬਣੀ ਹੋਈ ਉਹਨੂੰ ਢਾਈ ਜਾਂਦੇ ਆਪਾਂ। ਇੰਨੀ ਜਗਰਾਉਂ ਵਿੱਚ ਬਹੁਤ ਸਾਰੀਆਂ ਜਗ੍ਹਾ ਜਿਹੜੀ ਖਾਲੀਆਂ ਪਈਆਂ ਜਿੱਥੇ ਸੁਧਾਰ ਦੀ ਲੋੜ ਆ ਉੱਥੇ ਆਪਾਂ ਕਰਦੇ ਨਹੀਂ ਪਏ, ਇੱਥੇ ਬਣੀ ਹੋਈ ਚੀਜ਼ਾਂ ਨੂੰ ਘਟਾਈ ਜਾਂਦੇ। ਬਿਲਕੁਲ ਜੀ ਅਸੀਂ ਇੱਥੇ ਧਰਨੇ ਵੀ ਦੇਵਾਂਗੇ, ਅਸੀਂ ਇੱਥੇ ਮੰਨ ਲਓ ਕਿ ਆਪਣਾ ਮਰਨ ਵਰਤ ਦੇ ਵੀ ਫੈਸਲੇ ਤਿਆਰ ਆ, ਲੇਕਿਨ ਇਹ ਕੰਮ ਅਸੀਂ ਨਹੀਂ ਹੋਣ ਦੇਣਾ।
ਸਵਾਲਾ ਮਾਰਕੀਟ ਵੱਲੋਂ ਜਿੰਨੇ ਵੀ ਮੈਂਬਰ ਇਕੱਠੇ ਹੋਏ ਉਹਨਾਂ ਨੇ ਇਹੀ ਆਪਣਾ ਫਰਜ਼ ਕੀਤਾ ਹੋਇਆ ਹੈ ਕਿ ਜੇਕਰ ਇਹ ਚੌਂਕ ਬਣਾਇਆ ਜਾ ਰਿਹਾ ਹੈ ਤਾਂ ਅਸੀਂ ਤੇ ਸ਼ਿਕਾਰਪੁਰ ਕਰਕੇ ਧਰਨੇ ਲੱਗਣਗੇ। ਧਰਨੇ ਦੇ ਨਾਲ ਨਾਲ ਇੱਥੇ ਮੰਗ ਵਰਤੀ ਕਰਨ ਬੈਠਣ ਦੀ ਪ੍ਰੇਰਨਾ ਲੈ ਰਹੇ ਹਨ ਕੈਮਰਾਮੈਨ ਵਿਸ਼ਾਲ ਦੇ ਨਾਲ ਸਟਾਫ ਰਿਪੋਰਟਰ ਜੱਸੀ ਬਾਈ।